ਪਸ਼ੂ ਪਾਲਣ ਵਿਭਾਗ ਦੀ ਦੇਖ ਰੇਖ ਦੇ ਵਿੱਚ ਲੋਕ ਪਾਲ ਰਹੇ ਭੇਡਾਂ ਆਸਟ੍ਰੇਲੀਅਨ ਭੇਡਾਂ ਪਾਲ ਕੇ ਕਮਾ ਰਹੇ ਜ਼ਿਆਦਾ ਮੁਨਾਫਾ। ਨੀਮ ਪਹਾੜੀ ਇਲਾਕਾ ਧਾਰ ਖੇਤਰ ਜਿਸ ਦੇ ਵਿੱਚ ਪਸ਼ੂ ਪਾਲਣ ਵਿਭਾਗ ਦੀ ਦੇਖ ਰੇਖ ਦੇ ਵਿੱਚ ਲੋਕ ਭੇਡਾਂ ਦੇ ਫਾਰਮ ਚਲਾ ਰਹੇ ਹਨ, ਜਿਸ ਦੇ ਚੱਲਦੇ ਆਸਟ੍ਰੇਲੀਅਨ ਭੇਡਾਂ ਪਾਲ ਕੇ ਵਾਧੂ ਮੁਨਾਫਾ ਕਮਾ ਰਹੇ ਹਨ ਅਤੇ ਲੋਕਾਂ ਨੂੰ ਵੀ ਇਹੀ ਪ੍ਰੇਰਿਤ ਕਰ ਰਹੇ ਹਨ ਕਿ ਲੋਕ ਜ਼ਿਆਦਾ ਤੋਂ ਜ਼ਿਆਦਾ ਇਸ ਤਰ੍ਹਾਂ ਦੇ ਸਵੈ ਧੰਦੇ ਅਪਣਾਉਣ ਤਾਂ ਕਿ ਉਹਨਾਂ ਦਾ ਰੋਜ਼ਗਾਰ ਵਧੀਆ ਚੱਲ ਸਕੇ। ਪਸ਼ੂ ਪਾਲਣ ਵਿਭਾਗ ਦੇ ਲੋਕ ਭਲਾਈ ਦੀ ਸਕੀਮ ਵਾਸਤੇ ਰੱਖੇ ਗਏ ਨੇ ਅਤੇ ਲੋਕ ਆਉਂਦੇ ਨੇ, ਲੈਂਦੇ ਨੇ, ਮਤਲਬ ਮੈਕਸੀਮਮ 1000 ਰੁਪਏ ਦਾ ਦਿੰਦੇ ਆ ਜੀ। 1000 ਰੁਪਏ ਦਾ ਲੈ ਕੇ ਅਤੇ ਆਪਣੇ ਮਤਲਬ ਪਾਲਦੇ ਆ, 20-25 ਹਜ਼ਾਰ ਤੱਕ ਵੇਚਦੇ ਵੀ ਆ ਜੀ। ਬਾਕੀ ਇਹਨਾਂ ਦੀ ਖਾਸਤ ਇਹ ਆ ਜੀ, ਇਹਨਾਂ ਦੀ ਦੁੰਬ ਲੰਬੀ ਹੁੰਦੀ ਹੈ ਅਤੇ ਨਾਲੇ ਮਤਲਬ ਲੰਬਾਈ ਜ਼ਿਆਦਾ ਹੁੰਦੀ ਜੀ ਸਰ, ਜਲਦੀ ਗਰੋਥ ਹੁੰਦੀ ਹੈ ਇਹਨਾਂ ਦੀ, ਮਤਲਬ ਜ਼ਿਆਦਾ ਮਤਲਬ ਵੱਧਦੇ ਆ। ਬਾਕੀ ਇਹਨਾਂ ਦਾ ਚਾਰਾ ਜੀ, ਫੀਡ ਪਾਉਂਦੇ ਹਾਂ ਜੀ ਅਤੇ ਤੂੜੀ ਵੀ ਪਾਉਂਦੇ ਹਾਂ ਅਤੇ ਹਰਾ ਪੱਠਾ ਵੀ ਪਾਉਂਦੇ ਹਾਂ।